मॉर्निंग स्टूडेंट, आज असी सर्ब पंजाबी पाठ माला भाग 6 विच दर्ज पाठ नंबर 1 तिरंगा कविता बारे जानकारी प्राप्त करांगे। पहला असी इस कविता नू चंगी तरह पढ़ांगे। सो आओ विद्यार्थियों, असी इस कविता नू पढ़िए। तीन रंगां दा झंडा साडा चुल्ले विच असमानी वे, दुनिया विच कायम रहे सदा साडी एह निशानी वे। तीन रंगां दा झंडा साडा चुल्ले विच असमानी वे, झंडे पिछे मुड्डों ही असी लखा औकड़ा चलदे हां, बारूदां दियां अग्गां दे विच लट 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 बलदे हां। बिरथी ना जाए किते दित्ती शहीदां दी कुर्बानी वे, तिन रंगां दा झंडा साडा चुल्ले विच असमानी वे। तिन रंगां दा झंडा एह सानू बड़ा प्यारा है, उन्नती दा प्रतीक ए साडा लगदा बड़ा न्यारा है। भुल के वी ना करे कदे कोई इस दे नाल नदानी वे, तिन रंगां दा झंडा साडा चुल्ले विच असमानी वे। झंडा चुलदा रहे हमेशा देश दी ए शान है, रहनी बहनी बोली वखरी साडा देश महान है। इसनू कदे भी चुकन नहीं देना, इसनू कदे भी चुकन नहीं देना, भारत दी जिंदगानी वे, तिन रंगां दा झंडा साडा चुल्ले विच असमानी वे। केसरी रंग कुर्बानी दा, केसरी रंग कुर्बानी दा याद रखना चाहिदा, चिट्टा रंग अमन शांति दा घर घर विच रोशनाई दा, हरा रंग खुशहाली वाला, हरा रंग खुशहाली वाला सबनू खुशियां वहन वाला, अशोक चक्र है तरक्की दा चिन्ह, अशोक चक्र है तरक्की दा चिन्ह। चले नाल रवानी वे, तिन रंगां दा झंडा साडा चुल्ले विच असमानी वे। कुर्बानियां दीरा ते चल के, कुर्बानियां दी राते चल के चंडा असी चुलाया है, लहू जिगर दा सिंज के इसनू दुनिया विच चमकाया है। लगा दिती असाने अपनी इस दे लई जवानी वे, तिन रंगां दा झंडा साडा चुल्ले विच असमानी वे। तिन रंगां दा झंडा साडा चुल्ले विच असमानी वे। सो प्यारे विद्यार्थियों, ਇਹ ਸੀ ਸਾਡੀ ਕਵਿਤਾ। ਹੁਣ ਅਸੀਂ ਇਸ ਕਵਿਤਾ ਦੇ ਸਾਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਭਾਵ ਇਸ ਕਵਿਤਾ ਵਿੱਚ, ਭਾਵ ਤਿਰੰਗਾ ਕਵਿਤਾ ਵਿੱਚ ਜੋ ਦੱਸਿਆ ਗਿਆ ਹੈ ਉਸ ਬਾਰੇ ਅਸੀਂ ਦੱਸਾਂਗੇ। ਤਿਰੰਗਾ ਕਵਿਤਾ ਮਨਜੀਤ ਕੌਰ ਅੰਬਾਲਵੀ ਦੀ ਪ੍ਰਸਿੱਧ ਕਵਿਤਾ ਹੈ। ਤਿਰੰਗਾ ਕਵਿਤਾ ਮਨਜੀਤ ਕੌਰ ਅੰਬਾਲਵੀ ਦੀ ਪ੍ਰਸਿੱਧ ਕਵਿਤਾ ਹੈ। ਇਸ ਕਵਿਤਾ ਵਿੱਚ ਕਵਿਤਰੀ ਨੇ ਮੁੱਖ ਤੌਰ ਤੇ ਤਿਰੰਗੇ ਝੰਡੇ ਦੀ ਮਹੱਤਤਾ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਤਿਰੰਗੇ ਤੋਂ ਭਾਵ ਤਿੰਨਾਂ ਰੰਗਾਂ ਤੋਂ ਹੈ। ਕਵਿਤਰੀ ਨੇ ਦੱਸਿਆ ਹੈ, ਤਿਰੰਗਾ ਝੰਡਾ ਸਾਡੇ ਦੇਸ਼ ਦੀ ਆਨ ਤੇ ਸ਼ਾਨ ਹੈ, ਅਤੇ ਇਸ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਦੇਸ਼ ਭਗਤਾਂ ਨੇ ਸ਼ਹੀਦੀਆਂ ਦਿੱਤੀਆਂ, ਤਾਂ ਜੋ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ, ਜੋ ਸਾਡਾ ਤਿਰੰਗਾ ਹਮੇਸ਼ਾ ਹੀ ਆਕਾਸ਼ ਵਿੱਚ ਝੂਲਦਾ ਰਹੇ। ਇਸ ਤੋਂ ਇਲਾਵਾ ਕਵਿਤਰੀ ਨੇ ਇਸ ਤਿਰੰਗੇ ਵਿਚਲੇ ਤਿੰਨਾਂ ਰੰਗਾਂ ਨੂੰ ਬੜੇ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ, ਅਤੇ ਦੱਸਿਆ ਹੈ ਕਿ ਕੇਸਰੀ ਰੰਗ ਕੁਰਬਾਨੀ ਦਾ, ਚਿੱਟਾ ਰੰਗ ਅਮਨ ਤੇ ਸ਼ਾਂਤੀ ਦਾ ਹੈ, ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ, ਤੇ ਇਸ ਵਿਚਲਾ
ਨੀਲੇ ਰੰਗ ਦਾ ਅਸ਼ੋਕ ਚੱਕਰ ਸਾਨੂੰ ਹਮੇਸ਼ਾ ਚੱਲਦੇ ਰਹਿਣ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਤਿਰੰਗੇ ਝੰਡੇ ਦੀ ਆਣ ਤੇ ਬਾਣ ਨੂੰ ਕਾਇਮ ਰੱਖੀਏ ਤੇ ਹਮੇਸ਼ਾ ਤਰੱਕੀ ਦੀ ਰਾਹ ਤੇ ਚੱਲਦੇ ਰਹੀਏ, ਤਾਂ ਜੋ ਸਾਡੇ ਦੇਸ਼ ਦੇ ਝੰਡੇ ਦੀ ਮਾਣ ਤੇ ਸ਼ਾਨ ਨੂੰ ਕਦੇ ਵੀ ਕੋਈ ਠੇਸ ਨਾ ਪਹੁੰਚਾਵੇ ਤੇ ਹਮੇਸ਼ਾ ਹੀ ਆਕਾਸ਼ ਵਿੱਚ ਝੂਲਦਾ ਰਹੇ। ਸੋ ਪਿਆਰੇ ਵਿਦਿਆਰਥੀਓ, ਹੁਣ ਅਸੀਂ ਇਸ ਕਵਿਤਾ ਵਿਚਲੇ ਦਿੱਤੇ ਹੋਏ ਔਖੇ ਸ਼ਬਦਾਂ ਦੇ ਅਰਥਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸਾਡਾ ਪਹਿਲਾ ਵਰਡ ਹੈ ਝੰਡਾ। ਝੰਡਾ ਜੋ ਉਸਨੂੰ ਅਸੀਂ ਇੰਗਲਿਸ਼ ਵਿੱਚ ਫਲੈਗ ਬੋਲਦੇ ਹਾਂ। ਅਸਮਾਨੀ, ਅਸਮਾਨੀ ਮਤਲਬ ਆਕਾਸ਼, ਫਰੋਮ ਸਕਾਈ। ਦੁਨੀਆ, ਸੰਸਾਰ, ਵਰਲਡ। ਕਾਇਮ ਰਹੇ, ਹਮੇਸ਼ਾ ਬਰਕਰਾਰ ਰਹੇ, ਸਟੇਬਲ, ਸਦਾ, ਹਮੇਸ਼ਾ। ਨਿਸ਼ਾਨੀ, ਚਿੰਨ, ਸਾਈਨ। ਨੈਕਸਟ ਪੈਰੇ ਤੇ ਆ ਜਾਓ। ਮੁੱਢੋਂ ਹੀ, ਸ਼ੁਰੂ ਤੋਂ ਹੀ, ਫਰੋਮ ਬਿਗਨਿੰਗ। ਔਕੜਾਂ, ਪ੍ਰੋਬਲਮ, ਡਿਫੀਕਲਟੀਜ਼, ਮੁਸੀਬਤਾਂ। ਚੱਲਦੇ ਹਾਂ, ਸਹਿੰਦੇ ਹਾਂ, ਟੋਲਰੇਟ। ਨੈਕਸਟ ਪੈਰਾ ਆ ਜਾਓ ਬੇਟਾ, ਉਹਦੇ ਨਾਲ ਹੀ ਨੈਕਸਟ ਲਾਈਨ। ਬਲਦੇ ਹਾਂ ਭਾਵ ਸੜਦੇ ਹਾਂ। ਬਿਰਥੀ ਨਾ ਜਾਏ ਭਾਵ ਵਿਅਰਥ ਨਾ ਜਾਏ। ਕੁਰਬਾਨੀ, ਬਲੀਦਾਨ, ਸੈਕਰੀਫਾਈਸ। ਨੈਕਸਟ ਪੈਰਾ ਪਿਆਰਾ, ਲਵਲੀ। ਉੱਨਤੀ ਸਾਡਾ ਰੈੱਡ ਵਰਡ ਹੈ। ਪ੍ਰੋਗਰੈਸ ਭਾਵ ਤਰੱਕੀ। ਚਿੰਨ ਪ੍ਰਤੀਕ ਦਾ ਹੈਗਾ ਹੈ, ਸਾਈਨ। ਨਿਆਰਾ, ਅਨੋਖਾ। ਨਾਦਾਨੀ, ਗਲਤੀ, ਮਿਸਟੇਕ। ਚੁਲਦਾ ਰਹੇ ਭਾਵ ਲਹਿਰਾਉਂਦਾ ਰਹੇ। ਹਮੇਸ਼ਾ, ਸਦਾ, ਆਲਵੇਜ। ਸ਼ਾਨ, ਮਾਨ, ਇੱਜ਼ਤ, ਰਿਸਪੈਕਟ। ਰਹਿਣੀ ਬਹਿਣੀ, ਲਾਈਫ ਸਟਾਈਲ। ਬੋਲੀ, ਭਾਸ਼ਾ, ਲੈਂਗੁਏਜ। ਮਹਾਨ ਭਾਵ ਗ੍ਰੇਟ, ਪ੍ਰਸਿੱਧ। ਨੈਕਸਟ, ਚੁੱਕਣ ਨਹੀਂ ਦੇਣਾ, ਨੀਵਾਂ ਨਹੀਂ ਹੋਣ ਦੇਣਾ। ਜ਼ਿੰਦਗਾਨੀ ਰੈੱਡ ਵਰਡ ਹੈ। ਜ਼ਿੰਦ ਜਾਨ ਲਾਈਫ ਲਾਈਨ। ਕੁਰਬਾਨੀ ਦੁਬਾਰਾ ਆਇਆ ਹੋਇਆ ਹੈ। ਬਲੀਦਾਨ ਸੈਕਰੀਫਾਈਸ। ਯਾਦ ਰੱਖਣਾ ਭਾਵ ਚੇਤੇ ਰੱਖਣਾ, ਰਿਮੈਂਬਰ। ਅਮਨ ਸ਼ਾਂਤੀ, ਪੀਸ। ਖੁਸ਼ਹਾਲੀ, ਹੈਪੀਨੈਸ। ਤਰੱਕੀ ਦਾ ਚਿੰਨ, ਸਾਈਨ ਆਫ ਪ੍ਰੋਗਰੈਸ। ਰਵਾਨੀ, ਆਪਣੀ ਚਾਲੇ ਭਾਵ ਕੰਟੀਨਿਊਸਲੀ। ਰਾਹ ਭਾਵ ਰਸਤੇ। ਝੁਲਾਇਆ ਲਹਿਰਾਇਆ। ਲਹੂ ਜਿਗਰ ਦਾ ਸਿੰਜ ਕੇ, ਇਹ ਸਾਡਾ ਫਰੇਜ਼ ਹੈ, ਭਾਵ ਕੁਰਬਾਨੀਆਂ ਦੇਣੀਆਂ। ਚਮਕਾਇਆ ਭਾਵ ਸ਼ਾਈਨਿੰਗ। ਅਸਾਂ ਭਾਵ ਅਸੀਂ। ਜਵਾਨੀ ਤੋਂ ਭਾਵ ਹੈ ਯੂਥ। ਸੋ ਪਿਆਰੇ ਬੱਚਿਓ, ਇਹ ਸਨ ਸਾਡੇ ਰੈੱਡ ਵਰਡ ਤੇ ਦੂਸਰੇ ਔਖੇ ਸ਼ਬਦਾਂ ਦੇ ਅਰਥ। ਇਸ ਦੇ ਨਾਲ ਹੀ ਇਹ ਸਾਡੀ ਕਵਿਤਾ ਖਤਮ ਹੁੰਦੀ ਹੈ। ਸੋ ਪਿਆਰੇ ਵਿਦਿਆਰਥੀਓ, ਅਸੀਂ ਕੱਲ੍ਹ ਇਸ ਕਵਿਤਾ ਦੀ ਵਿਆਖਿਆ ਕਰਾਂਗੇ ਤੇ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਸਮਝ ਆ ਗਈ ਹੋਵੇਗੀ। ਧੰਨਵਾਦ।